ਸਾਰੇ ਜਾਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਇੱਕ ਨਾ ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੋ ਰਹੀ ਹੈ ਤੇ ਮੈਂ ਕੁਝ ਕੋ ਬੇਨਤੀਆਂ ਜਿਹੜੀਆਂ ਨੇ ਉਸ ਦੀ ਬਾਬਤ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸੰਗਤ ਜੀ ਇੱਕ ਵੀਡੀਓ ਜਿਹੜੀ ਹੈ ਨਾ ਵਾਇਰਲ ਹੋ ਰਹੀ ਹੈ ਉਹਦਾ ਮਤਲਬ ਉਹਦਾ ਕਾਰਨ ਕੀ ਹੈ ਮੈਂ ਵੀ ਹਿੱਲ ਗਿਆ ਇੱਕ ਵਾਰੀ ਜਦੋਂ ਮੈਂ ਵੇਖੀ ਮੈਂ ਇੱਕ ਵਾਰੀ ਜੋ ਲਿਖਿਆ ਹੋਇਆ ਸੀ ਨੂੰ ਵੇਖ ਕੇ ਸ਼ੌਕ ਹੋ ਗਿਆ ਵੀ ਇੰਨੀ ਛੇਤੀ ਕਿਵੇਂ ਹੋ ਗਿਆ ਵੀ ਸ਼ਾਇਦ ਪ੍ਰਮਾਤਮਾ ਵੱਲੋਂ ਕ੍ਰਿਸ਼ਮਾ ਬਣ ਗਿਆ ਹੋਵੇ ਸ਼ਾਇਦ ਪ੍ਰਮਾਤਮਾ ਵੱਲੋਂ ਕੋਈ ਇਹੋ ਜਿਹੀ ਖੇਡ ਵਰਤੀ ਗਈ ਹੋਵੇ ਪਰ ਅਸਲ ਦੇ ਵਿੱਚ ਸੱਚ ਕੁਝ ਹੋਰ ਹੀ ਸੀ ਮੈਂ ਗੱਲ ਸਾਂਝੀ ਕਰ ਲਈਆਂ ਤੁਹਾਡੇ ਨਾਲ ਸਾਰੇ ਜਣੇ ਜੁੜਜੋ ਨਾਲ ਤੇ ਸਾਰੇ ਜਣੇ ਫਤਿਹ ਬੁਲਾਓ ਆਪਣੀ ਹਾਜ਼ਰੀ ਲਗਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜੋ ਹੋ ਰਹੀਆਂ ਨੇ ਗੁਰਮਖੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਨਾ ਦੁਨੀਆਂ ਦੇ ਵਿੱਚ ਵਰਤ ਰਹੀਆਂ ਨੇ ਚੱਲ ਰਹੀਆਂ ਨੇ ਲਗਾਤਾਰ ਜਿਨ੍ਹਾਂ ਤੋਂ ਅਸੀਂ ਅਣਜਾਣ ਜਿਨ੍ਹਾਂ ਤੋਂ ਅਸੀਂ ਬਿਲਕੁਲ ਸਾਨੂੰ ਪਤਾ ਨਹੀਂ ਹੁੰਦਾ ਵੀ ਇਹ ਚੀਜ਼ ਐਦਾਂ ਹੋ ਜਾਊਗੀ ਪਰ ਉਹ ਹੋ ਜਾਂਦੀ ਹੈ ਉਹਦਾ ਚੱਲਦੀ ਰਹਿੰਦੀ ਹੈ ਉਹ ਚੀਜ਼ ਉਹਦਾ ਪਰ ਇੱਥੇ ਮੈਂ ਇੱਕ ਚੀਜ਼ ਸਾਫ਼ ਕਰ ਦੇਣੀ ਚਾਹੁੰਦਾ ਬਿਲਕੁਲ ਸੋਸ਼ਲ ਮੀਡੀਆ ਤੇ ਕੁਝ ਐਹੋ ਜਿਹੀਆਂ ਚੀਜ਼ਾਂ ਪਰੋਸੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਅਸੀਂ ਦੇਖ ਕੇ ਜਿਨ੍ਹਾਂ ਨੂੰ ਸੁਣ ਕੇ ਅਸੀਂ ਹੈਪਰ ਹੋ ਜਾਂਦੇ ਹਾਂ ਇਹ ਆ ਕੀ ਹੋ ਗਿਆ ਇਹ ਕਿਦਾਂ ਹੋ ਗਿਆ ਮੈਂ ਕਈ ਵਾਰੀ ਇਸ ਚੀਜ਼ ਦੇ ਉੱਪਰ ਨੋਟਿਸ ਕਰਦਾ ਹੁੰਨਾ ਕਿ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਜੋ ਸਾਡੇ ਵਿੱਚੋਂ ਚੱਲ ਰਹੀਆਂ ਨੇ ਨਿਕਲ ਰਹੀਆਂ ਨੇ ਅਸਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਕਨਸੈਪਟ ਹੈ ਇੱਕ ਸਮਝਣਾ ਪੈਣਾ ਸਾਨੂੰ ਇਹਨਾਂ ਚੀਜ਼ਾਂ ਦੇ ਉੱਪਰ ਆਪਣੀ ਸਮਝਦਾਰੀ ਰੱਖਣੀ ਪੈਣੀ ਹੈ ਇਹਨਾਂ ਚੀਜ਼ਾਂ ਦੇ ਉੱਪਰ ਇੱਕ ਮੈਂ ਚੀਜ਼ ਵੇਖੀ ਹੁਣ ਪਿਛਲੇ ਦਿਨੀ ਉਹ ਸਿੱਧੂ ਮੂਸੇ ਵਾਲਾ ਮੁੰਡਾ ਹੈ ਨਾ ਉਹ ਸ਼ੁਭਦੀਪ ਉਹਦੀ ਮੌਤ ਹੋਈ ਹੈ ਬਹੁਤ ਮਾੜਾ ਕੰਮ ਹੋਇਆ ਤੇ ਕਿਸੇ ਨੂੰ ਮਾਰ ਦੇਣਾ ਬਹੁਤ ਮਾੜੀ ਗੱਲ ਹੈ ਠੀਕ ਹੈ ਜੇ ਕੋਈ ਗਲਤੀ ਸੀ ਤੁਹਾਡੇ ਨਾਲ ਨਜਾਇਜ਼ ਕਰਦਾ ਸੀ ਚਲੋ ਮੰਨਿਆ ਕਿ ਉਹਦੇ ਵਿੱਚ ਗਲਤੀਆਂ ਸੀ ਉਹਦੇ ਮਾਪੇ-ਵਾਪ ਨੂੰ ਤਾਂ ਆ ਕੇ ਕਹਿ ਦਿੰਦੇ ਇੱਕ ਵਾਰੀ ਉਹ ਪਤੰਦਰ ਉਹਦੇ ਘਰੇ ਉਹਦੀ ਮਾਂ ਉਡੀਕਦੀ ਉਹਦਾ ਪਿਓ ਉਡੀਕਦਾ ਉਹ ਇੱਕ ਗੱਲ ਤੇ ਸੋਚੋ ਵੀ ਉਹ ਕੱਲਾ ਕੱਲਾ ਮੁੰਡਾ ਹੈ ਘਰਦਿਆਂ ਦਾ ਤੁਸੀਂ ਉਹਨੂੰ ਮਾਰ ਕੇ ਇੱਕ ਵਾਰੀ ਉਸ ਮੁੰਡੇ ਨੂੰ ਮਾਰਤਾ ਉਹਦੇ ਮਾਂ-ਬਾਪ ਨੂੰ ਤੁਸੀਂ ਸਦਾ ਲਈ ਤਿਲ-ਤਿਲ ਮਰਨ ਦੇ ਲਈ ਮਜਬੂਰ ਕਰਤਾ ਮਾਂ-ਬਾਪ ਦੇ ਲਈ ਇੱਕ ਔਲਾਦ ਸਭ ਤੋਂ ਵੱਡਾ ਗਹਿਣਾ ਹੁੰਦੀ ਹੈ ਪਰ ਤੁਸੀਂ ਉਹ ਗਹਿਣਾ ਹੀ ਚੁਰਾ ਲਿਆ ਅੱਜ ਕਿੱਥੇ ਦੁਨੀਆ ਦਾ ਭਲਾ ਹੋ ਜਾਊਗਾ ਕਿੱਥੇ ਦੁਨੀਆ ਚੰਗੇ ਮੋੜਾਂ ਤੇ ਜਾ ਕੇ ਪਹੁੰਚੂਗੀ ਨਹੀਂ ਮੈਨੂੰ ਨਹੀਂ ਲੱਗਦਾ ਸੋਸ਼ਲ ਮੀਡੀਆ ਤੇ ਕੁਝ ਐਸੇ ਜਿਹੇ ਚੀਜ਼ਾਂ ਨੇ ਜੋ ਸਾਨੂੰ ਪਰੋਸੀਆਂ ਜਾਂਦੀਆਂ ਨੇ ਪਰ ਇੱਕ ਮੁੰਡਾ ਜਿਹੜਾ ਮੂਸੇ ਵਾਲਾ ਮਾਰਿਆ ਗਿਆ ਨਾ ਉਹਦੇ ਬਾਬਤ ਕੁਝ ਗੱਲਾਂ ਚੱਲ ਰਹੀਆਂ ਨੇ ਕਹਿੰਦੇ ਜੀ ਮੂਸੇ ਵਾਲੇ ਦਾ ਦੁਬਾਰਾ ਜਨਮ ਹੋ ਗਿਆ ਜੀ ਪੁਨਰ ਜਨਮ ਹੋ ਗਿਆ ਜੀ ਮੈਂ ਹੈਰਾਨ ਹੋ ਗਿਆ ਜਦੋਂ ਮੈਂ ਪੋਸਟ ਵੇਖੀ ਵੀ ਵਾਕਈ ਹੋ ਗਿਆ ਉਹ ਪਰਮਾਤਮਾ ਬੇਅੰਤ ਹੈ ਆਪਾਂ ਇੱਕ ਛੋਟੇ ਜੇ ਜੀਵ ਆ ਉਹਦੀ ਕਰਾਮਾਤ ਬੜੀ ਵੱਡੀ ਆ ਬਹੁਤ ਵੱਡੀ ਆ ਉਹਦੀ ਕਰਾਮਾਤ ਵੀ ਸ਼ਾਇਦ ਆਪਾਂ ਕਿਤੇ ਗਲਤ ਹੋਈਏ ਪਰ ਉਹ ਚੀਜ਼ ਅਸਲ ਦੇ ਵਿੱਚ ਬੜੀ ਛੋਟੀ ਸੀ ਮੈਂ ਤਾਂ ਕਰਕੇ ਅਰਜ਼ ਕਰ ਰਿਹਾ ਕਿਉਂਕਿ ਇਹ ਚੀਜ਼ ਵੇਖ ਕੇ ਮੈਂ ਖੁਦ ਹਿੱਲਿਆ ਉਹਦੇ ਵਿੱਚ ਦਰਸਾਇਆ ਗਿਆ ਸੀ ਕਿ ਆਸ਼ਾ ਕੀਤੀ ਜਾ ਰਹੀ ਵੀ ਸਿੱਧੂ ਮੂਸੇਵਾਲਾ ਦੁਬਾਰਾ ਜਨਮ ਲਊਗਾ ਮੈਂ ਕਹਿੰਦਾ ਦੁਬਾਰਾ ਜਨਮ ਲਏ 100 ਵਾਰ ਲਏ ਪਰ ਉਹਦੇ ਮਾਪੇ ਨੂੰ ਜੋ ਹੁਣ ਦੇ ਇਸ ਜਨਮ ਦੇ ਵਿੱਚ ਸਹਾਰਾ ਚਾਹੀਦਾ ਉਹ ਕੌਣ ਦੇਊਗਾ ਉਹਦੀ ਕੋਈ ਜ਼ਿੰਮੇਵਾਰੀ ਓਟਦਾ ਉਦੇ ਮਾਪੇ ਨੂੰ ਜਿਹੜਾ ਹੁਣ ਇਸ ਸਹਾਰੇ ਦੀ ਲੋੜ ਹੈ ਹੁਣ ਬੜਾਪੇ ਦੀ ਡੰਗੋਰੀ ਬਣਨ ਦੀ ਲੋੜ ਹੈ ਉਹ ਕੌਣ ਬਣੂਗਾ ਉਹ ਕੌਣ ਸੰਭਾਲੂਗਾ ਭਾਈ ਇਹ ਬਹੁਤ ਮੇਰਾ ਦਿਲ ਰੋਂਦਾ ਹੈ ਕਦੇ-ਕਦੇ ਜਦੋਂ ਮੈਂ ਇਹਨਾਂ ਗੱਲਾਂ ਨੂੰ ਯਾਦ ਕਰ ਲੈਂਦਾ ਇਹਨਾਂ ਗੱਲਾਂ ਦੇ ਉੱਪਰ ਮੈਂ ਸੋਚਦਾ ਨਾ ਕਿ ਇੱਕ ਮੁੰਡਾ ਪਹਿਲੋ ਮਾਰਿਆ ਸੀ ਸੰਦੀਪ ਜਿਹੜਾ ਕਬੱਡੀ ਖਿਡਾਰੀ ਸੀ ਛੋਟੇ-ਛੋਟੇ ਉਹਦੇ ਬੱਚੇ ਨੇ 3-4-4 ਸਾਲਾਂ ਦੇ ਉਹਦੇ ਦੋ ਮੁੰਡੇ ਨੇ ਵਿਚਾਰੇ ਉਹਨਾਂ ਦਾ ਪਿਆਰ ਜਿਹੜਾ ਸੀ ਉਹ ਗੁੰਮ ਗਿਆ ਉਹ ਆਪਦੇ ਪਿਓ ਨੂੰ ਜਦੋਂ ਸੋਜੀ ਵਿੱਚ ਹੋਣਗੇ ਉਦੋਂ ਪੁੱਛਣਗੇ ਵੀ ਸਾਡਾ ਪਿਓ ਚੜ੍ਹਾਈ ਕਰ ਗਿਆ ਸੀ ਉਹਨਾਂ ਦੀ ਮਾਂ ਕੋਲੇ ਕੀ ਜਵਾਬ ਹੋਊਗਾ ਅਸਲ ਦੇ ਵਿੱਚ ਮਾਂ ਜਿੰਨਾ ਮਰਜ਼ੀ ਪਿਆਰ ਕਰ ਲੇ ਜੇ ਮਾਂ ਚੜ੍ਹਾਈ ਕਰ ਜੇ ਪਿਓ ਜਿੰਨਾ ਮਰਜ਼ੀ ਕਰ ਪਰ ਜਿਹੜਾ ਦੋਵੇਂ ਜੀਆਂ ਦਾ ਇਕੱਠਾ ਪਿਆਰ ਹੈ ਨਾ ਉਹ ਇਕੱਠਾ ਹੀ ਹੁੰਦਾ ਹੈ ਜੇ ਇਹ ਦੋਨਾਂ ਦੇ ਵਿੱਚੋਂ ਇੱਕ ਤੁਰ ਜੇ ਤੇ ਇੱਕ ਦਾ ਪਿਆਰ ਹਮੇਸ਼ਾ ਰੜਕਦਾ ਹੀ ਰਹਿੰਦਾ ਵੀ ਉਹ ਹੁੰਦਾ ਜੇ ਪਤਾ ਨਹੀਂ ਕਿੰਨਾ ਕੁ ਪਿਆਰ ਕਰਦਾ ਜੇ ਮੇਰੀ ਗੱਲ ਝੂਠ ਹੈ ਸੰਗਤ ਜੀ ਤਾਂ ਦੱਸਿਓ ਹੁੰਦਾ ਹੀ ਆ ਨਾ ਮਨ ਦੇ ਵਿੱਚ ਇੱਕ ਧੀ ਦਾ ਪਿਓ ਜੇ ਚੜ੍ਹਾਈ ਕਰ ਦੇ ਨਾ ਧੀ ਦਾ ਵਿਆਹ ਕਰੀਏ ਧੀ ਨੂੰ ਭਾਵੇਂ ਕੁਝ ਨਹੀਂ ਚਾਹੀਦਾ ਹੁੰਦਾ ਧੀ ਨੂੰ ਐ ਹੁੰਦਾ ਵੀ ਅੱਜ ਮੇਰਾ ਵਿਆਹ ਆ ਨਾ ਜੇ ਮੇਰਾ ਬਾਪ ਹੁੰਦਾ ਤੇ ਪਤਾ ਨਹੀਂ ਕੀ ਕੁਝ ਕਰਦਾ ਮੇਰੇ ਲਈ ਕੀ ਕੁਝ ਲੈ ਕੇ ਦਿੰਦਾ ਮੈਨੂੰ ਇਹੋ ਹੀ ਹੁੰਦਾ ਨਾ ਇਹ ਇਹੀ ਮਾਂ ਦਾ ਹੁੰਦਾ ਜੇ ਸਾਡੀ ਔਲਾਦ ਹੁੰਦੀ ਤੇ ਅਸੀਂ ਕੀ ਕੁਝ ਕਰਦੇ ਉਹਦੇ ਲਈ ਸਾਡੀ ਔਲਾਦ ਹੁੰਦੀ ਅੱਜ ਸਾਨੂੰ ਸੰਭਾਲਦੀ ਪਰ ਉਸ ਮੁੰਡੇ ਦਾ ਮਾਰਿਆ ਜਾਣਾ ਬੇहद ਚਿੰਤਾਜਨਕ ਹੈ ਔਰ ਨਿੰਦਣਯੋਗ ਘਟਨਾ ਜਿਹੜੀ ਵਾਪਰੀ ਹੈ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਹੋਵੇ ਸ਼ਰਮ ਆਮ ਚੱਲ ਰਿਹਾ ਹੋਵੇ ਅਸੀਂ ਕੁਝ ਵੀ ਨਾ ਕਰ ਪਾਉਂਦੇ ਹੋਈਏ ਉਹਦੇ ਤੇ ਸਰਕਾਰ ناکਾਮਯਾਬ ਨਜ਼ਰ ਆਉਂਦੀ ਹੋਵੇ ਪੁਲਿਸ ਪ੍ਰਸ਼ਾਸਨ ਉਹਦੇ ਤੇ ناکਾਮ ਨਾਜ਼ਰ ਆਉਂਦਾ ਹੋਵੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਜਦੋਂ ਜਹਿਦ ਕੀਤੀ ਜਾ ਰਹੀ ਹੈ ਪਰ ਉਹਨਾਂ ਦੇ ਵੀ ਕੀ ਵਾਸਾ ਹੈ ਭਾਈ ਮਾਰੇ ਗਏ ਜਿਨ੍ਹਾਂ ਨੇ ਮਾਰਿਆ ਨਾ ਉਹ ਲੋਕ ਪਤਾ ਨਹੀਂ ਕਿੱਥੇ ਕੋਈ ਜਾ ਕੇ ਬੈਠ ਗਏ ਨੇ ਹੁਣ ਪ੍ਰਸ਼ਾਸਨ ਤੇ ਲੱਭਣ ਵਿੱਚ ਜੁਟਿਆ ਹੋਇਆ ਹੈ ਕੀ ਕਰੇ ਹੁਣ ਅਸਲ ਦੇ ਵਿੱਚ ਫੜੇ ਜਾਣਗੇ ਕੁਝ ਮੈਂ ਸੁਣ ਰਿਹਾ ਸੀ ਇੱਕ ਵੀਰ ਦੱਸ ਰਿਹਾ ਸੀ ਕਹਿੰਦਾ ਫੜੇ ਵੀ ਗਏ ਨੇ ਚਲੋ ਮੈਂ ਕਹਿੰਦਾ ਫੜੇ ਗਏ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਅੱਗੇ ਤੋਂ ਅਜਿਹਾ ਕੰਮ ਕਰਨ ਲੱਗਿਆ ਕੋਈ 100 ਵਾਰੀ ਸੋਚੇ ਵੀ ਯਾਰ ਨਾ ਸਭ ਤੋਂ ਵੱਡੀ ਗੱਲ ਹੈ ਨਸੀਹਤ ਦਿਓ ਉਹਨਾਂ ਨੂੰ ਲਾਈਵ ਕਰੋ ਬਿਠਾਓ ਉਹਨਾਂ ਤੋਂ ਕਹਾਓ ਕਿ ਭਾਈ ਲੋਕਾਂ ਨੂੰ ਅਪੀਲ ਕਰੋ ਕਿ ਅਸੀਂ ਸਿੱਧੂ ਮੂਸੇਵਾਲੇ ਨੂੰ ਮਾਰਿਆ ਸਾਡੇ ਤੋਂ ਗਲਤ ਹੋਇਆ ਤੇ ਅੱਗੇ ਵਾਸਤੇ ਕੋਈ ਨੌਜਵਾਨ ਅਜੀਹਾ ਨਾ ਕਰੇ ਕਿਸੇ ਦੇ ਧੀ ਪੁੱਤ ਨੂੰ ਮਾਰਨਾ ਗਲਤ ਹੀ ਨਹੀਂ ਬਹੁਤ ਵੱਡਾ ਅਪਰਾਧ ਹੈ ਤੇ ਪਾਪ ਵੀ ਹੈ ਇਹ ਗੱਲ ਕਹਾਓ ਉਹਨਾਂ ਤੋਂ ਜਿਹੜੀ ਨੌਜਵਾਨੀ ਗਲਤ ਰਸਤਿਆਂ ਤੇ ਤੁਰੀ ਹੋਈ ਹੈ ਨਾ ਸਾਡੀ ਉਹਨੂੰ ਵੀ ਪਤਾ ਲੱਗ ਜਾਏ ਕਿ ਭਾਈ ਇਹ ਬਹੁਤ ਗਲਤ ਗੱਲ ਹੈ ਪਰ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਕੁਝ ਦੇਖਦੇ ਆ ਮੈਂ ਜਦੋਂ ਵੇਖਿਆ ਨਾ ਕਿ ਉਹਦਾ ਪੁਨਰਜਨਮ ਹੋ ਗਿਆ ਮੈਂ ਕਹਿੰਦਾ ਉਹਦਾ ਜਨਮ ਤੇ ਹੋ ਗਿਆ ਚਲੋ ਜਿੱਥੇ ਮਰਜੀ ਹੋ ਗਿਆ ਚਲੋ ਮੈਂ ਨਹੀਂ ਕਹਿੰਦਾ ਕਿ ਨਾ ਹੋਵੇ ਹੋਣਾ ਚਾਹੀਦਾ ਚਲੋ ਹੋ ਗਿਆ ਵਧੀਆ ਗੱਲ ਐ ਪਰ ਉਹਦੇ ਮਾਪੇ ਨੂੰ ਇਸ ਜਨਮ ਚ ਕੌਣ ਸੰਭਾਲੂਗਾ ਕੌਣ ਰਹੂਗਾ ਉਹਨਾਂ ਕੋਲੇ ਭਾਵੇਂ ਹਾਲੇ ਭਾਵੇਂ ਕਹਿ ਦੇਣਾ ਵੀ ਮੈਂ ਰਹੂੰਗਾ ਜਾ ਕੇ ਜੀ ਮੈਂ ਰਹੂੰਗਾ ਜਾ ਕੇ ਪਰ ਸਿੱਧੂ ਮੂਸੇ ਵਾਲੇ ਵਰਗਾ ਜਿਹੜਾ ਜੈਹੋ ਜਾਂ ਉਹ ਆਪਣੇ ਮਾਪੇ ਨੂੰ ਪਿਆਰ ਕਰਦਾ ਸੀ ਉਹ ਕੌਣ ਕਰੂਗਾ ਮੈਂ ਇੱਕ ਗੱਲ ਕਰਦਾ ਵਾਂ ਇੱਥੇ ਅੱਜ ਬڑے ਫੈਨਸ ਨੇ ਜਿਹੜੇ ਉਹਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਗਏ ਨੇ ਸਿਰ ਤੇ ਦਸਤਾਰਾਂ ਸਜਾ ਕੇ ਮੁੜੇ ਨੇ ਮੈਂ ਬੇਨਤੀ ਕਰਦਾ ਕਿ ਨੌਜਵਾਨੋ ਦਸਤਾਰਾਂ ਸਜਾਲੀਆਂ ਨੇ ਦਸਤਾਰਾਂ ਨਾ ਉਤਾਰਿਓ ਜੇ ਸੱਚ ਮੋੱਚ ਉਸਨੂੰ ਪਿਆਰ ਕਰਦੇ ਹੋ ਦਸਤਾਰਾਂ ਨਾ ਸਿਰ ਤੋਂ ਲਾਇਓ ਹਣ ਇਹ ਕਿ ਇੱਕ ਰੁੱਖ ਜ਼ਰੂਰ ਲਾਇਓ ਜੋ ਦੇ ਮਾਪੇ ਨੇ ਗੱਲ ਕਹੀ ਐ ਤੇ ਉਹਦੇ ਮਾਪੇ ਨੇ ਇਹ ਵੀ ਗੱਲ ਕਹੀ ਐ ਕਿ ਆਪਣੇ ਮਾਪੇ ਦਾ ਸਤਿਕਾਰ ਕਰਿਓ ਜਿਵੇਂ ਸਿੱਧੂ ਕਰਦਾ ਸੀ ਆਪਣੇ ਮਾਪੇ ਨੂੰ ਉਮੀ ਪਿਆਰ ਕਰਿਓ ਉਹਨਾਂ ਦੀ ਗੱਲ ਮੰਨਿਓ ਉਹਨਾਂ ਦੇ ਕਹਿਣੇ ਵਿੱਚ ਰਹਿਓ ਇਸ ਕਰਕੇ ਕੁਝ ਗੱਲਾਂ ਸਿੱਖਣੀਆਂ ਚਾਹੀਦੀਆਂ ਜਿਹਨੂੰ ਅਸੀਂ ਪਿਆਰ ਕਰਦੇ ਆ ਨਾ ਚਾਹੇ ਉਹਦਾ ਫੈਨ ਕਹਿ ਲੋ ਅਸੀਂ ਵੀ ਉਹਦੇ ਫੈਨ ਆ ਕੁਝ ਵੀ ਆ ਉਹਨੂੰ ਭਾਈ ਮੰਨਦੇ ਆ ਕੁਝ ਵੀ ਆ ਉਹਦੇ ਗੁਣਾਂ ਨੂੰ ਅਪਣਾਓ ਉਦੇ ਗੁਣਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਿਓ ਸਾਡਾ ਸਭ ਤੋਂ ਵੱਡਾ ਪੁੰਨ ਹੋਊਗਾ ਤੇ ਇਹੋ ਹੀ ਪਿਆਰ ਹੁੰਦਾ ਸਜਣੋ ਇਸ ਗੱਲ ਨੂੰ ਜਰੂਰ ਮੰਨਿਓ ਸੋਸ਼ਲ ਮੀਡੀਆ ਤੇ ਝੂਠ ਉੱਠ ਰਹੀਆਂ ਝੂਠੀਆਂ ਅਫਵਾਵਾਾਂ ਤੋਂ ਬਚਿਓ ਅਸਲ ਰੀਅਲ ਦੇ ਵਿੱਚ ਜੋ ਗੁਣ ਸੀ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਿਓ ਸਤਿਗੁਰੂ ਕਿਰਪਾ ਕਰਨ ਫਤਿਹ ਬਲਾਓ ਜੀ ਬੇਨਤੀਆਂ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ